ਅੰਮ੍ਰਿਤਸਰ ਵਿੱਚ ਪਿੰਡਾਂ ਦੇ ਲੋਕ ਨੌਜਵਾਨ ਅਤੇ ਲੋਕਾਂ ਨੇ ਨਸ਼ੇ ਦੇ ਬੁਰੇ ਪ੍ਰਭਾਵਾਂ ਅਤੇ ਦਿਨੋ ਦਿਨ ਪੰਜਾਬ ਵਿੱਚ ਘੱਟ ਰਹੇ ਪਾਣੀ ਦੇ ਪੱਧਰ ਦੀ ਸਮੱਸਿਆ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਤਰ੍ਹਾਂ ਦਾ ਹੀ ਇੱਕ ਉਪਰਾਲਾ ਅੰਮ੍ਰਿਤਸਰ ਦੇ ਪਿੰਡ ਮਿਹਰਬਾਨ ਦੇ ਲੋਕਾਂ ਨੇ ਸਾਬਕਾ ਫੌਜੀਆਂ ਅਤੇ ਸਕੂਲੀ ਬੱਚਿਆਂ ਨਾਲ ਮਿਲ ਕੇ ਕੀਤਾ। ਮੈਂ ਨਸ਼ਿਆਂ ਬਾਰੇ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਗਾਰਡੀਅਨਸ ਆਫ ਗਵਰਨੈਂਸ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਉਹਦੇ ਸਾਡੇ ਵਾਈਸ ਚੇਅਰਮੈਨ ਸੀਨੀਅਰ ਵਾਈਸ ਚੇਅਰਮੈਨ ਜਿਹੜੇ ਹੈਗੇ ਆ ਉਹ ਲੈਫਟਨ ਜਨਰਲ ਤਜਿੰਦਰ ਸਿੰਘ ਸ਼ੇਰਗਿੱਲ PVSM ਨੇ ਔਰ ਕੈਪਟਨ ਅਮਰਿੰਦਰ ਸਿੰਘ ਸਾਹਿਬ ਸਾਡੇ ਚੇਅਰਮੈਨ ਨੇ ਔਰ ਇਹਨਾਂ ਦੀ ਰਵਾਈ ਦੇ ਵਿੱਚ ਅਸੀਂ ਇਹ ਮੁਹਿੰਮ ਚਾਲੂ ਕੀਤਾ ਹੈ ਕਿ ਜਿੱਥੇ ਬੱਚੇ ਸਾਡੇ ਨਸ਼ਿਆਂ ਦੇ ਵਿੱਚ ਉਲਝਦੇ ਜਾ ਰਹੇ ਨੇ ਔਰ ਜਵਾਨੀ ਆਪਣੀ ਖਤਮ ਕਰਦੇ ਜਾ ਰਹੇ ਨੇ ਉਹ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਬਚਾਇਆ ਜਾਵੇ ਨਾ ਕਿ ਆਪਣੇ ਸਾਡੇ ਜਵਾਨੀ ਨੂੰ ਬਚਾਇਆ ਜਾਵੇ ਪਰ ਸਾਡੇ ਜਿਹੜੇ ਦੂਜੇ ਵੀ ਵੀਰ ਹੈਗੇ ਨੇ ਉਹ ਨਸ਼ਿਆਂ ਦੇ ਵਿੱਚ ਨਾ ਫਸਣ। ਇਸ ਕਰਕੇ ਅੱਜ ਅਸੀਂ ਇਹ ਸਾਰੇ ਅੰਮ੍ਰਿਤਸਰ ਵਨ ਤਹਿਸੀਲ ਦੇ ਜਿਹੜੇ ਗਾਰਡੀਅਨਸ ਆਫ ਗਵਰਨੈਂਸ ਹੈ ਉਹ ਇਕੱਠੇ ਹੋ ਕੇ ਅੱਜ ਅਸੀਂ ਤਿੰਨਾਂ ਪਿੰਡਾਂ ਦੇ ਵਿੱਚ ਇਹ ਰੋਡ ਸ਼ੋਅ ਕਰ ਰਹੇ ਹਾਂ ਤਾਂ ਕਿ ਇਹ ਜਾਗਰੂਕਤਾ ਜਿਹੜੀ ਆ ਲਿਆਂਦੀ ਜਾ ਸਕੇ ਔਰ ਸਾਡੀ ਜਿਹੜੀ ਜਵਾਨੀ ਆ ਪੰਜਾਬ ਦੀ ਉਹ ਬਚਾਈ ਜਾ ਸਕੇ। ਅਸੀਂ ਇਹਦੇ ਨਾਲ ਹੀ ਸਾਨੂੰ ਪਤਾ ਹੈ ਕਿ ਸਾਡਾ 550ਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਮਨਾਇਆ ਜਾਣਾ ਹੈ ਔਰ ਉਹਦੇ ਵਿੱਚ ਰੁੱਖ ਲਾਉਣਾ ਜਿਹੜਾ ਵਾ ਉਹ ਸਾਡਾ ਵੀ ਮੇਨ ਮਕਸਦ ਹੈ। ਉਹ ਵੀ ਅਸੀਂ ਹਰ ਇੱਕ ਘਰ ਨੂੰ ਇਹੀ ਔਰ ਹਰ ਇੱਕ ਜੀ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਉਹ ਇੱਕ ਇੱਕ ਪੌਦਾ ਲਾਉਣ ਔਰ ਇਹਦੇ ਨਾਲ ਜਿਹੜੀ ਹਰਿਆਲੀ ਆ ਉਹ ਵਧਾਉਣ ਔਰ ਜੀਵਨ ਜਿਹੜਾ ਵਾ ਉਹ ਸੌਖਾ ਹੋਵੇ। ਪਾਣੀ ਜਿਹੜਾ ਵਾ ਪਾਣੀ ਪੰਜਾਬ ਦੇ ਵਿੱਚ ਘਟਦਾ ਜਾ ਰਿਹਾ ਵਾ ਔਰ ਇੱਕ ਟਾਈਮ ਆਉਣ ਵਾਲਾ ਵਾ ਔਰ ਜਿਹਦੇ ਵਿੱਚ ਸਾਨੂੰ ਪਾਣੀ ਪੀਣ ਲਈ ਵੀ ਮਿਲਣਾ ਬੜਾ ਮੁਸ਼ਕਲ ਹੋ ਜਾਣਾ ਵਾ। ਪਾਣੀ ਬਚਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਲਈ ਵੀ ਅਸੀਂ ਮੁਹਿੰਮ ਸਾਰੇ ਕਰ ਰਹੇ ਹਾਂ। ਅਸੀਂ ਆਪਣੇ ਮਿਹਰਬਾਨ ਸਕੂਲ ਦੇ ਜਿਹੜੇ ਸਟੂਡੈਂਟ ਹੈਗੇ ਆ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਪ੍ਰਿੰਸੀਪਲ ਸਾਹਿਬ ਨੇ ਸਾਡੇ ਨਾਲ ਬਹੁਤ ਹੀ ਆਪਣਾ ਸਹਿਯੋਗ ਦਿੱਤਾ ਹੈ। ਸਾਡੇ ਸਰਪੰਚ ਜਗਜੀਤ ਸਿੰਘ ਸਾਹਿਬ ਨੇ ਵੀ ਬੜਾ ਸਹਿਯੋਗ ਦਿੱਤਾ ਹੈ ਔਰ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਮੁਹਿੰਮ ਜਿਹੜਾ ਵਾ ਇਹਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।